ਮਤਲਬ ਜਿਵੇਂ ਹਾਂਜੀ ਸਟੇਬਲ ਤੁਰਦਾ ਉਦੋਂ ਨਹੀਂ ਕਿ ਚੱਕਰ ਮੁੱਦੇ। ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਤੈਨਾਤ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਆਰਥੋ ਡਾਕਟਰ ਸੰਦੀਪ ਕਾਲੜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਲਜ਼ਾਮ ਇਹ ਨੇ ਕਿ ਡਾਕਟਰ ਸੰਦੀਪ ਕਾਲੜਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਹਾਲਾਂਕਿ ਉਸ ਵੀਡੀਓ ਦੇ ਵਿੱਚ ਡਾਕਟਰ ਸੰਦੀਪ ਕਾਲੜਾ ਇੱਕ ਮਰੀਜ਼ ਦਾ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਡਾਕਟਰ ਦੀ ਵੀਡੀਓ ਬਣਾਉਣ ਵਾਲਾ ਉਕਤ ਸ਼ਖਸ ਵੀਡੀਓ ਵਿੱਚ ਕਿਤੇ ਵੀ ਸਾਹਮਣੇ ਨਜ਼ਰ ਨਹੀਂ ਆ ਰਿਹਾ। ਜਦ ਉਕਤ ਵੀਡੀਓ ਦਾ ਸੱਚ ਜਾਣਨ ਲਈ ਡਾਕਟਰ ਸੰਦੀਪ ਕਾਲੜਾ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਡਾਕਟਰ ਕਾਲੜਾ ਨੇ ਕਿਹਾ ਕਿ ਉਕਤ ਵੀਡੀਓ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਬਲੈਕਮੇਲ ਕਰਨ ਦੇ ਲਈ ਬਣਾਈ ਗਈ ਹੈ। ਉਹਨਾਂ ਕਿਹਾ ਕਿ ਉਕਤ ਲੋਕਾਂ ਦੇ ਕੁਝ ਰਿਸ਼ਤੇਦਾਰਾਂ ਦੀਆਂ ਨੌਕਰੀਆਂ ਗਲਤ ਢੰਗ ਨਾਲ ਲੱਗੀਆਂ ਸੀ ਅਤੇ ਵਿਭਾਗ ਵੱਲੋਂ ਉਹਨਾਂ 'ਤੇ ਕਾਰਵਾਈ ਕੀਤੀ ਗਈ ਅਤੇ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਪਰ ਉਹ ਲੋਕ ਸਮਝਦੇ ਹਨ ਕਿ ਇਸ ਪਿੱਛੇ ਮੇਰਾ ਹੱਥ ਹੈ ਅਤੇ ਇਸੇ ਕਰਕੇ ਉਹ ਮੇਰੇ ਪਿੱਛੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਮੈਂ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਜ਼ਰੂਰ ਕਰਾਂਗਾ। ਫਿਲਹਾਲ ਸੋਸ਼ਲ ਮੀਡੀਆ 'ਤੇ ਵੀਡੀਓ ਜੰਮ ਕੇ ਵਾਇਰਲ ਹੋ ਰਹੀ ਹੈ। ਦੇਖੋ ਜੀ, ਇਹ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਕੋਈ ਮੇਰੇ ਨੇ ਵੀਡੀਓ ਬਣਾਈ ਕੀਤੀ ਬਣਾਈ। ਮੋਸਟ ਪ੍ਰੋਬਬਲੀ ਇਹ ਸਭ ਬੰਦੇ ਜਿਹੜੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਪਏ ਮੈਨੂੰ। ਮੈਂ ਇੱਥੇ ਕੋਈ ਕੰਮ ਕਰਨਾ ਸੀ ਸਾਡੇ ਡੀਡਿਕਸ਼ਨ ਪ੍ਰੋਗਰਾਮ ਦਾ, ਉਹਨਾਂ ਦੇ ਕਈਆਂ ਦੇ ਰਿਸ਼ਤੇਦਾਰਾਂ ਦੀ ਨੌਕਰੀਆਂ ਗਈਆਂ ਗਲਤ ਮਤ ਲੱਗੀਆਂ ਸੀ ਉੱਪਰੋਂ, ਉਹ ਮੈਨੂੰ ਇਹ ਸੋਚਦੇ ਪਏ ਕਿ ਮੈਂ ਕਰਵਾਈ ਆ। ਮੈਂ ਕਿਸੇ ਦੇ ਕੁਛ ਨਹੀਂ ਕਰਵਾਇਆ, ਮੈਂ ਤਾਂ ਇੱਥੇ ਆਪ ਇੱਕ ਸਰਕਾਰੀ ਨੌਕਰ ਹੈਗਾ ਅਤੇ ਉਹਦਾ ਮਤਲਬ ਮੇਰੇ ਕੋਲੋਂ ਲੈਂਦੇ ਪਏ ਕਿ ਸਾਡੀ ਨੌਕਰੀ ਚਲੇਗੀ। ਜਦਕਿ ਉੱਪਰੋਂ ਡਾਇਰੈਕਟਰ ਸਾਹਿਬ ਵੱਲੋਂ ਲਿਖ ਕੇ ਆਇਆ ਗਿਆ ਸੀ ਇਹਨਾਂ ਦਾ ਕਿ ਬੰਦੇ ਇਹਨਾਂ ਦੇ ਰੱਖੇ ਹੈ, ਇੱਥੋਂ ਦੇ ਬੰਦੇ ਨੇ, ਉਹਨਾਂ ਦਾ ਆਪਣਾ ਹੀ ਪੁੱਤਰ ਹੀ ਹੈ, ਇਹੋ ਹੀ ਉਹ ਲੱਗੇ ਹੋਏ ਨੇ ਪਿੱਛੇ ਉਸ ਚੀਜ਼ 'ਤੇ। ਮੈਂ ਕਾਨੂੰਨੀ ਕਾਰਵਾਈ ਕਰਾਂਗਾ ਜੀ ਇਹਨਾਂ ਦੇ ਖਿਲਾਫ਼, ਬੜਾ ਕੁਛ ਕਰਾਂਗਾ। ਹੁਣ ਨਿਕਲੀਏ ਤਾਂ ਕੁਛ ਕਰਾਂਗੇ ਇਹਨਾਂ ਦੇ ਖਿਲਾਫ਼। ਬਾਕੀ ਇਹ ਸਿਰਫ ਮੈਨੂੰ ਬਲੈਕਮੇਲ ਕਰਦੇ, ਮੈਨੂੰ ਤਰੀਕੇ ਨਾਲ ਗੱਲਾਂ ਪਹੁੰਚਣਾ ਵੀ ਸ਼ੁਰੂ ਹੋ ਗਏ ਨੇ ਕਿ ਇਹਨਾਂ ਲੈ ਗਏ ਕਿ ਕੰਮ ਕਰ ਲਈਏ ਕਰ ਲਈਏ ਗੱਲ ਸੁਣ ਕਰਕੇ। ਜੇ ਮੈਂ ਕੁਛ ਗਲਤ ਨਹੀਂ ਕੀਤਾ ਤਾਂ ਫਿਰ ਮੈਨੂੰ ਕੀ ਉਸ ਗੱਲ ਦਾ, ਮੈਂ ਕਿਸੇ ਦਾ ਗੱਲ ਕਰਾਂਗਾ। ਮੈਂ ਆਪਣਾ ਕੰਮ ਜਿਹੜਾ ਹੈਗਾ ਆਪਣੇ ਜਿਸ ਤਰ੍ਹਾਂ ਆਪਣਾ ਕੰਮ ਪਹਿਲੇ ਕਰਨਾ ਪਿਆ ਫਿਰ ਮੈਂ ਕਰੀ ਜਾਵਾਂਗਾ, ਮੈਂ ਕੰਮ ਤੋਂ ਮੈਂ ਪਿੱਛੇ ਨਹੀਂ ਹਟਾਂਗਾ। ਮੇਰੇ ਧਿਆਨ 'ਚ ਇੱਕ ਨਿਊਜ਼ ਆਈਟਮ ਵੀ ਆਈ ਹੈ ਅਤੇ ਇੱਕ ਵੀਡੀਓ ਵੀ ਆਇਆ ਅਤੇ ਮੈਨੂੰ ਪਤਾ ਲੱਗਿਆ ਵੀ ਇਹ ਸ਼ਾਇਦ ਕਿਤੇ ਪ੍ਰਾਈਵੇਟ ਕੰਮ ਕਰਦੇ ਆ, ਉਹਦੇ ਪ੍ਰਤੀ ਕੋਈ ਸ਼ਿਕਾਇਤ ਆਏਗੀ ਤਾਂ ਮੈਂ ਉਹਦੇ ਅਗੇਂਸਟ ਐਕਸ਼ਨ ਵੀ ਲਵਾਂਗਾ ਅਤੇ ਜੋ ਬਣਦੀ ਕਾਰਵਾਈ ਹੈ। ਕਿਉਂਕਿ ਗਵਰਨਮੈਂਟ ਇੰਪਲੋਈ ਕੋਈ ਵੀ ਹੋਵੇ, ਖਾਸ ਕਰਕੇ ਡਾਕਟਰ, ਪ੍ਰਾਈਵੇਟ ਪ੍ਰੈਕਟਿਸ ਅਲਾਊਡ ਨਹੀਂ ਹੈਗੀ ਐਜ਼ ਪਰ ਰੂਲਸ। ਬਿਲਕੁਲ ਨਹੀਂ, ਸਾਰੇ ਡਾਕਟਰਾਂ ਵਾਸਤੇ ਬਰਾਬਰ ਹੈ ਜੀ। ਸਰਕਾਰੀ ਡਾਕਟਰ ਕੋਈ ਵੀ ਜਿੱਥੇ ਸਰਕਾਰ ਦਾ ਕੰਮ ਉਹਨੇ ਪ੍ਰੋਪਰਲੀ ਕਰਨਾ ਹੁੰਦਾ ਹੈ, ਉਹਨੂੰ ਪ੍ਰਾਈਵੇਟ ਪ੍ਰੈਕਟਿਸ ਅਲਾਊਡ ਨਹੀਂ ਹੁੰਦੀ। ਉਹਨੂੰ ਉਹ ਡਿਪਟੀ ਮੈਡੀਕਲ ਕਮਿਸ਼ਨਰ ਦੀ ਪੋਸਟ ਹੈ, DMC ਕਹਿੰਦੇ ਉਹਨਾਂ ਨੂੰ, ਉਹ ਦਫ਼ਤਰ ਵਿੱਚ ਮੌਜੂਦ ਡਿਊਟੀ ਹੁੰਦੀ ਹੈ। ਵੈਸੇ ਉਹਨਾਂ ਨੂੰ ਅਲਾਊਡ ਹੁੰਦਾ ਕਿ ਉਹ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਬੈਠ ਕੇ ਕੰਮ ਕਰ ਸਕਦੇ ਨੇ। ਸਿਵਲ ਹਸਪਤਾਲ 'ਚ ਉਹਨਾਂ ਨੂੰ ਕਮਰਾ ਵੀ ਦਿੱਤਾ ਹੈ, ਉਹ ਇਹ ਸੇਵਾਵਾਂ ਦੇ ਸਕਦੇ ਨੇ, ਪਰ ਪ੍ਰਾਈਵੇਟ ਨਹੀਂ ਕਰ ਸਕਦੇ।